ਹੈਲੋ ਸਟੂਡੈਂਟਸ ਅੱਜ ਅਸੀਂ ਕਲਾਸ 9th ਦੀ ਵਣਗੀ ਪੁਸਤਕ ਦੇ ਵਿੱਚੋਂ ਲੇਖਕ ਨਫਤੇਜ ਸਿੰਘ ਦੁਆਰਾ ਲਿਖੀ ਗਈ ਕਹਾਣੀ ਬਸ਼ੀਰੇ ਬਾਰੇ ਪੜਾਂਗੇ ਇਸ ਕਹਾਣੀ ਵਿੱਚ ਲੇਖਕ ਨੇ ਇੱਕ ਗਰੀਬ ਮੁੰਡੇ ਬਸ਼ੀਰੇ ਦਾ ਚਿੱਤਰ ਖਿੱਚਿਆ ਹੈ ਜਿਸ ਨੂੰ ਆਪਣੇ ਘਰ ਦੀ ਗਰੀਬੀ ਦੇ ਕਾਰਨ ਪੜ੍ਹਾਈ ਵਿਚਾਲੇ ਹੀ ਛੱਡਣੀ ਪੈਂਦੀ ਹੈ ਇਹੀ ਕਹਾਣੀ ਇੱਕ ਪਾਤਰ ਪ੍ਰధాన ਹੈ ਜਿਸ ਵਿੱਚ ਬਸ਼ੀਰਾ ਸਮਾਜ ਦੀ ਹੇਠਲੀ ਸ਼੍ਰੇਣੀ ਦਾ ਪ੍ਰਤੀਨਿਧ ਪਾਤਰ ਹੈ ਸਾਡੇ ਸਮਾਜ ਵਿੱਚ अनेका ਹੀ ਬਸ਼ੀਰੇ ਵਰਗੇ ਮੁੰਡਿਆਂ ਨੂੰ ਪੜ੍ਹਾਈ ਵਿਚਾਲੇ ਹੀ ਛੱਡਨੀ ਪੈਂਦੀ ਹੈ ਇਨ ਚੋਣਾਂ ਦੇ ਆਸਾਂ ਭਰੇ ਭਵਿੱਖ ਨੂੰ ਰੁੱਲਣਾ ਪੈਂਦਾ ਹੈ ਲੇਖਕ ਦੱਸਦਾ ਹੈ ਕਿ ਉਹ ਤੇ ਬਸ਼ੀਰਾ ਚੰਗੇ ਦੋਸਤ ਸਨ ਲੜਾਈ ਵਿੱਚ ਬਸ਼ੀਰਾ ਕਹਾਣੀਕਾਰ ਦੀ ਤੇ ਪੜ੍ਹਾਈ ਵਿੱਚ ਕਹਾਣੀਕਾਰ ਬਸ਼ੀਰੇ ਦੀ ਸਹਾਇਤਾ ਕਰਦਾ ਕਈ ਮੁੰਡੇ ਉਹਨਾਂ ਦੀ ਯਾਰੀ ਤੋਂ ਬਹੁਤ ਸੜਦੇ ਕਹਾਣੀਕਾਰ ਪੜ੍ਹਾਈ ਵਿੱਚ ਚੰਗਾ ਸੀ ਤੇ ਬਸ਼ੀਰਾ ਖੇਡਾਂ ਤੇ ਗਾਇਕੀ ਵਿੱਚ ਦੋਹਾਂ ਦੀ ਦੋਸਤੀ ਨਾਲ ਕਹਾਣੀਕਾਰ ਖੇਡ ਵਿੱਚ ਚੰਗਾ ਹੋ ਗਿਆ ਤੇ ਬਸ਼ੀਰਾ ਪੜ੍ਹਾਈ ਵਿੱਚ ਬਸ਼ੀਰੇ ਦੀ ਫੁੱਟਬਾਲ ਦੀ ਕਿੱਕ ਬੜੀ ਮਜ਼ਬੂਤ ਸੀ ਦੋਵੇਂ ਮਿੱਤਰ ਆਪਣੀ ਕਲਪਨਾ ਵਿੱਚ ਕਾਲਜ ਪੜਨ ਬਾਰੇ ਸੋਚਦੇ ਕਹਾਣੀਕਾਰ ਸਮਝਦਾ ਕਿ ਬਸ਼ੀਰਾ ਯੂਨੀਵਰਸਿਟੀ ਦੀ ਫੁੱਟਬਾਲ ਦੀ ਟੀਮ ਵਿੱਚ ਚੁਣਿਆ ਜਾਵੇਗਾ ਬਸ਼ੀਰਾ ਕਹਿੰਦਾ ਕਿ ਕਹਾਣੀਕਾਰ ਬਹੁਤ ਸਾਰੀਆਂ ਕਿਤਾਬਾਂ ਲਿਖੇਗਾ ਜਿਸ ਵਿੱਚ ਉਹ ਉਸਦੇ ਜੀਵਨ ਦਾ ਹਾਲ ਵੀ ਲਿਖੇਗਾ ਉਹ ਦੋਵੇਂ ਪਰਦੇਸਾਂ ਦੀਆਂ ਸੈਰਾਂ ਤੇ ਕਹਾਣੀਕਾਰ ਦੇ ਕਾਂਤੀ ਨਾਲ ਵਿਆਹ ਬਾਰੇ ਵੀ ਸੋਚਦੇ ਇੱਕ ਵਾਰੀ ਜਦੋਂ ਬਸ਼ੀਰਾ 5-7 ਦਿਨ ਸਕੂਲ ਨਾ ਆਇਆ ਤਾਂ ਲੇਖਕ ਫਿਕਰਮੰਦ ਹੋਇਆ ਉਸਦੇ ਪਿੰਡ ਪੂਜਾ ਉਸ ਨੂੰ ਪਿੰਡੋਂ ਬਾਹਰ ਬਸ਼ੀਰਾ ਚਰਾਦਾਂ ਵਿੱਚ ਮੱਝ ਚਰਾਉਂਦਾ ਮਿਲਿਆ ਬਸ਼ੀਰੀ ਨੇ ਲੇਖਕ ਨੂੰ ਦੱਸਿਆ ਕਿ ਉਸਦੇ ਬਾਪੂ ਨੇ ਮੱਝ ਖਰੀਦ ਲਈ ਹੈ ਜਿਸ ਦਾ ਮਤਲਬ ਸੀ ਕਿ ਉਹ ਉਸ ਦਾ ਦੁੱਧ ਘਰ ਪੀਣ ਲਈ ਨਹੀਂ ਸਗੋਂ ਠੇਕੇਦਾਰ ਕੋਲ ਵੇਚ ਕੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਉਸ ਨੂੰ ਚਾਰਿਆ ਕਰੇਗਾ ਕਹਾਣੀਕਰ ਇਸ ਕਹਾਣੀ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਉਹ ਆਪਣੀ ਲੇਖਣੀ ਰਾਹੀ ਉਸ ਜ਼ਿੰਦਗੀ ਨੂੰ ਲਿਆਉਣ ਲਈ ਸੰਘਰਸ਼ ਕਰੇਗਾ ਜਿਸ ਵਿੱਚ ਬਸ਼ੀਰੇ ਵਰਗੇ ਬੱਚੇ ਦੀਆਂ ਮੰਦੀਆਂ ਸਦਰਾ ਨੂੰ ਪੂਰੀਆਂ ਕਰਨ ਤੋਂ ਕੋਈ ਰੋਕ ਨਹੀਂ ਸਕੇਗਾ ਭਾਵੇਂ ਉਹਨਾਂ ਦਾ ਹੱਕ ਕੋਈ ਨਹੀਂ ਖੋਏਗਾ ਇਸ ਕਹਾਣੀ ਦੇ ਰਾਹੀਂ ਲੇਖਕ ਸਾਡਾ ਧਿਆਨ ਸਮਾਜ ਦੀ ਇੱਕ ਅਤਿਅੰਤ ਮਹੱਤਵਪੂਰਨ ਬਾਲ ਮਾਨ ਦੀ ਸਮੱਸਿਆ ਵੱਲ ਦਿਵਾਉਣਾ ਚਾਹੁੰਦਾ ਹੈ ਇਸ ਕਾਨਿਰਾਹੀ ਉਹ ਦੱਸਦਾ ਹੈ ਕਿ ਇੱਕ ਚੰਗੇ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਵਿਦਿਆ ਪ੍ਰਾਪਤ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ ਇਸ ਪ੍ਰਕਾਰ ਉਹ ਬਸ਼ੀਰੇ ਦੇ ਜੀਵਨ ਰਾਹੀ ਬੱਚਿਆਂ ਦੇ ਬਾਲ ਮਨ ਦੀ ਸਮੱਸਿਆ ਨੂੰ ਪੂਰਾ ਪੇਸ਼ ਕਰਨ ਦਾ ਯਤਨ ਕਰਦਾ ਹੈ ਉਹ ਦੱਸਦਾ ਹੈ ਕਿ ਕੋਈ ਵੀ ਬਸ਼ੀਰੇ ਵਰਗੇ ਬੱਚਿਆਂ ਦੇ ਮਨ ਦੀਆਂ ਸਦਰਾਂ ਨੂੰ ਮੱਝਕੀਲੇ ਨਾਲ ਸੰਗਲ ਪਾ ਕੇ ਨਹੀਂ ਬਣ ਸਕੇਗਾ ਤੇ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ